ਰਵਨੀਤ ਬਿੱਟੂ ਨੂੰ ਲੈ ਕੇ ਇਹ ਅਕਸਰ ਦੇਖਦੇ ਆਪਾਂ ਕਿ ਕਿਸਾਨਾਂ ਦੇ ਖਿਲਾਫ ਉਹ ਬੋਲਦੇ ਰਹਿੰਦੇ ਨੇ ਅੱਜ ਵੀ ਬੋਲੇ ਕਹਿੰਦੇ ਕਿਸਾਨਾਂ ਕਰਕੇ ਲੀਡਰਾਂ ਕਰਕੇ ਮਾਹੌਲ ਖਰਾਬ ਐ ਪੰਜਾਬ ਦਾ ਇਸੇ ਕਰਕੇ ਤਾਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਇੱਕ ਤਖੱਲਸ ਦਿੱਤਾ ਸੀ ਕਿ ਭਾਰਤੀ ਜਨਤਾ ਪਾਰਟੀ ਕੋਲੇ ਦੋ-ਦੋ ਕੰਗਣਾ ਨੇ ਰਵਨੀਤ ਬਿੱਟੂ ਜਿਹੜੀ ਪਾਰਟੀ 'ਚ ਹੁਣ ਤੱਕ ਰਹਾ ਉਸ ਪਾਰਟੀ ਦੇ ਵਿੱਚੋਂ ਕੋਈ ਵਫਾਦਾਰੀ ਤਾਂ ਨਹੀਂ ਉਹ। ਜਲੂਬੇ ਇਹ ਵੀ ਖਾਸਿਤ ਰਹੀ ਹੈ ਕਿ ਆ ਜਾਖੜ ਸਾਹਿਬ ਚਾਹੇ ਪਹਿਲਾਂ ਕਾਂਗਰਸ ਦੇ ਵਿੱਚ ਰਹੇ ਨੇ ਤੇ ਹੁਣ ਜਦੋਂ ਉਹ ਪ੍ਰਧਾਨ ਨੇ ਉਹਨਾਂ ਵੱਲੋਂ ਕਦੇ ਵੀ ਇਹੋ ਜਿਹੇ ਸ਼ਬਦ ਨਹੀਂ ਬੋਲੇ ਜਾਂਦੇ ਜਿਹੜੇ ਕਿ ਦੂਸਰੇ ਨੂੰ ਬਹੁਤ ਜ਼ਿਆਦਾ ਨੀਵਾ ਦਿਖਾ ਦੇਣ ਬੜਾ ਸੋਚ ਸਮਝ ਕੇ ਬੋਲਦੇ ਨੇ ਸੋ ਰਵਨੀਤ ਬਿੱਟੂ ਤੇ ਉਹਨਾਂ ਦਾ ਬੜਾ ਫਰਕ ਹੈ ਆਪਸ ਦੇ ਵਿੱਚ। ਜਾਖੜ ਸਾਹਿਬ ਇੱਕ ਬਹੁਤ ਸੀਨੀਅਰ ਪੋਲੀਟੀਸ਼ੀਅਨ ਨੇ। ਔਰ ਜਾਖੜ ਸਾਹਿਬ ਉਹ ਪਰਿਵਾਰ ਆ ਜਿਹੜੇ ਉਹਨਾਂ ਦੇ ਪਿਤਾ ਜੀ ਜਿਹੜੇ ਕਿ ਬਲਰਾਮ ਜਾਖੜ ਸਾਹਿਬ ਦੇਸ਼ ਦੀ ਪਾਰਲੀਮੈਂਟ ਦੇ ਸਪੀਕਰ ਵੀ ਰਹੇ ਨੇ ਸਾਬਕਾ ਮੰਤਰੀ ਵੀ ਰਹੇ ਨੇ ਬਿੱਟੂ ਦੇ ਉੱਥੇ ਜਾਣ ਨਾਲ ਜੇ ਤੁਸੀਂ ਕਹੋ ਉੱਥੋਂ ਦੇ ਭਾਜਪਾਈ ਬਹੁਤ ਖੁਸ਼ ਨੇ ਨਹੀਂ ਆ ਜਿਹੜੇ ਸੀਨੀਅਰ ਆਗੂ ਨੇ ਹਰਜੀਤ ਗਰੇਵਾਲ ਉਹ ਕਹਿੰਦੇ ਕੱਲ ਦੇ ਛੋਕਰੇ ਲਿਆ ਲਿਆ ਕਿ ਸਾਡੇ ਸਿਰ ਤੇ ਵਹੀ ਜਾਂਦੇ ਆ ਕਾਂਗਰਸ ਦੇ ਵੱਡੇ ਲੀਡਰ ਨੇ ਸੰਜੇ ਤਲਵਾੜ ਉਨ੍ਹਾਂ ਦੀ ਗੱਡੀ ਦੇ ਉੱਪਰ ਹਮਲਾ ਹੋਇਆ ਹੈ ਫਾਇਰਿੰਗ ਹੋਈ ਹੈ ਪੰਜਾਬ ਦੇ ਆਮਨ ਕਾਨੂੰਨ ਦੇ ਉੱਤੇ ਪਹਿਲਾਂ ਹੀ ਬਹੁਤ ਵੱਡੇ ਸਵਾਲ ਉੱਠ ਖੜੇ ਰਹੇ ਸੰਜੇ ਤਲਵਾਰ ਸਾਹਿਬ ਸਾਊਥ ਸਿਟੀ ਜਨਪਤ ਐਨਕਲੇਵ ਉਹਨਾਂ ਦਾ ਘਰ ਹੈ ਉਹਨਾਂ ਦੀ ਗੱਡੀ ਹੈ ਪੀ ਵੀ 10 ਯੂ 006 ਜੂਰ 0 ਇਹ ਘਰ ਦੇ ਬਾਹਰ ਖੜੀ ਸੀ ਕਹਿੰਦੇ ਸਾਬਕਾ ਵਿਧਾਇਕ ਉਥੇ ਪਹੁੰਚੇ ਤਾਂ ਕਾਰ ਦੇ ਸ਼ੀਸ਼ੇ ਟੁੱਟੇ ਹੋਏ ਸਨ ਉਹ ਕਹਿੰਦੇ ਮੈਨੂੰ ਲੱਗਿਆ ਵੀ ਸ਼ਾਇਦ ਕੋਈ ਇਟਾਂ ਪੱਥਰਾਂ ਨਾਲ ਕਿਸ ਨੇ ਹਮਲਾ ਕੀਤਾ ਜਿਹੜਾ ਉਹਨਾਂ ਦਾ ਅੰਗਰਖਕ ਹੈ ਉਹਨੇ ਜਦੋਂ ਵਿੱਚੋਂ ਜਾ ਕੇ ਦੇਖਿਆ ਉਹ ਤੇ ਇੱਕ ਗੋਲ ਵੀ ਪਿਆ ਗੋਲੀ ਦਾ ਸੋ ਸਾਹਿਬ ਇਥੇ ਇੰਟਰਸਟਿੰਗ ਫੈਕਟ ਵਿਧਾਇਕ ਗੋਗੀ ਹੁਨਾਲ ਹੈ ਕਿਉਂਕਿ ਪਹਿਲਾਂ ਬੋਡੇ ਨਾਲੇ ਦਾ ਨਹੀਂ ਪੱਥਰ ਤੋੜਨ ਨੂੰ ਲੈ ਕੇ ਲਾਲੋ ਹੁਣ ਕਿਉਂਕਿ ਆਪ ਦੇ ਵਿਧਾਇਕ ਨੇ ਜਾ ਕੇ ਖੜੇ ਨੇ ਕਾਂਗਰਸ ਦੇ ਲੀਡਰ ਦੇ ਨਾਲ ਸੋ ਅਚੇਹੇ ਦੇ ਵਿੱਚ ਸਿੱਧੇ ਤਰੀਕੇ ਨਾਲ ਤਾਂ ਨਹੀਂ ਉਹ ਆਪਣੀ ਸਰਕਾਰ ਦੀ ਆਲੋਚਨਾ ਕਰ ਰਹੇ ਪਰ ਜ਼ਰੀਏ ਜ਼ਰੂਰ ਅਪਣਾ ਰਹੇ ਨੇ ਵੱਖਰੇ ਵੱਖਰੇ ਤਰੀਕੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਚੱਲੇਗਾ ਵਰਤਾਰਾ ਇਹ ਇਸ ਰਾਜਨੀਤੀ ਦੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਰਾਜਨੀਤੀ ਤੋਂ ਉੱਪਰ ਉੱਠ ਕੇ ਚੱਲਣੀਆਂ ਹੁੰਦੀਆਂ ਨੇ ਇਹਦੇ ਵਿੱਚ ਗਲਤ ਪਾਸੇ ਨੂੰ ਵੱਟਾ ਮਾਰਿਆ ਉਹ 2002 ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਹੋਇਆ ਜਦੋਂ ਇੱਥੇ ਮਈ ਦੇ ਮਹੀਨੇ ਵਿੱਚ ਨਗਰ ਨਿਗਮ ਚੋਣਾਂ ਹੋਈਆਂ ਇੱਥੇ ਬੂਥਾਂ ਤੇ ਕਬਜ਼ੇ ਹੋਏ ਬਾਦਲ ਸਾਹਿਬ ਮੁੱਖ ਮੰਤਰੀ ਸੀ ਇੱਕ ਗੱਲ ਚੱਲ ਪਈ ਕਿ ਆ ਜਿਹੜੇ ਘੋੜੇ ਆ ਨਾ ਕਹਿੰਦੇ ਤਾਂ ਵੀਰ ਦਵਿੰਦਰ ਹੋਰਾਂ ਨੂੰ ਪੁੱਛੋ ਇਹਨਾਂ ਦੇ ਬਾਰੇ ਜਾਣਕਾਰੀ ਵਾਵਾ ਰੱਖਦੇ ਆ ਇਹ ਕਾਂਗਰਸੀ ਅਗਲਾ ਮੁੱਦਾ ਆ ਗਿਆ ਕਿ ਕੁਝ ਖਚਰੇ ਤੇ ਗਧੇ ਖਰੀਦਨੇ ਸੀ ਪਸ਼ੂ ਪਾਲਣ ਮਹਿਕਮੇ ਦੀ ਹੁਣ ਵੀਰ ਦਵਿੰਦਰ ਦਾ ਹਾਜ਼ਰ ਜਵਾਬੀ ਉਹਦੇ ਨਾਲ ਦੀ ਤਾਂ ਕੋਈ ਹੈ ਨਹੀਂ ਸੀ ਉਹਨਾਂ ਦੀ ਉਹ ਜਦੋਂ ਚੱਲੀ ਉਹ ਕਹਿੰਦੇ ਭਾਈ ਜੇ ਘੋੜਿਆਂ ਦੀ ਗੱਲ ਸਾਨੂੰ ਪੁੱਛੀ ਸੀ ਆ ਖਚਰਿਆਂ ਤੇ ਗਧਿਆਂ ਦੀ ਗੱਲ ਇੱਧਰ ਬਾਦਲ ਸਾਹਿਬ ਨੂੰ ਪੁੱਛ ਲਓ ਤਾਂ ਗੁੱਸਾ ਨਹੀਂ ਸੀ ਕਰਦੀ ਹੂੰ ਟਿਚਰੋ ਟਿਚਰੀ ਕੋਈ ਨਾ ਕੋਈ ਪ੍ਰਤਾਪ ਬਾਜਵਾ ਵਿਰੋਧੀ ਧਿਰ ਦੇ ਆਗੂ ਨੇ ਲਗਾਤਾਰ ਸਰਗਰਮ ਨੇ ਪਹਿਲਾਂ ਹਰਿਆਣਾ ਚੋਣਾਂ ਦੇ ਵਿੱਚ ਸਰਗਰਮ ਸੀ ਤੇ ਹੁਣ ਸਰਗਰਮ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਸੋ ਉਹਨਾਂ ਨੇ ਮੰਗ ਕੀਤੀ ਸੀ ਕਿ ਪੰਚਾਇਤੀ ਚੋਣਾਂ ਦੀ ਵੀਡੀਓਗ੍ਰਾਫੀ ਹੈ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਇੱਕ ਮੇਰੀ ਵੀ ਸੁਨੋ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਾਪਤ ਸਿੱਤੂ ਮੇਰੇ ਨਾਲ ਵਿਚਾਰ ਚਰਚਾ ਲਈ ਜੁੜ ਚੁੱਕੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ ਸਭ ਤੋਂ ਪਹਿਲੀ ਖਬਰ ਦੀ ਗੱਲ ਕਰਾਂਗੇ ਰਵਨੀਤ ਬਟੂਣਾ ਨੂੰ ਲੈ ਕੇ ਇਹ ਅਕਸਰ ਦੇਖਦੇ ਆਪਾਂ ਕਿ ਕਿਸਾਨਾਂ ਦੇ ਖਿਲਾਫ ਉਹ ਬੋਲਦੇ ਰਹਿੰਦੇ ਨੇ ਅੱਜ ਵੀ ਬੋਲੇ ਕਹਿੰਦੇ ਕਿਸਾਨਾਂ ਕਰਕੇ ਲੀਡਰਾਂ ਕਰਕੇ ਮਾਹੌਲ ਖਰਾਬ ਹੈ ਪੰਜਾਬ ਦਾ ਪਰ ਉਸ ਤੋਂ ਇਲਾਵਾ ਗੱਲ ਪ੍ਰਧਾਨਗੀ ਦੀ ਕਰੀਏ ਤਾਂ ਚਰਚੇ ਇਹ ਵੀ ਨੇ ਕਿ ਜਿੱਥੇ ਜਾਖੜ ਸਾਹਿਬ ਨਰਾਜ਼ ਚੱਲ ਰਹੇ ਨੇ ਰਵਨੀਤ ਬਿੱਟੂ ਹੁਣੀ ਪ੍ਰਧਾਨ ਦੇ ਦਾਵੇਦਾਰ ਵੀ ਨੇ ਪੰਜਾਬ ਦੇ ਵਿੱਚ ਜੀ ਇਸ ਤਰ੍ਹਾਂ ਦਾ ਚਿਹਰਾ ਉਹਨਾਂ ਨੂੰ ਮਸਾ ਮਿਲੂਗਾ ਜਿਹੜਾ ਕਿਸਾਨਾਂ ਦੇ ਖਿਲਾਫ ਵੀ ਬੋਲੇ ਦੂਜਿਆਂ ਦੇ ਖਿਲਾਫ ਵੀ ਬੋਲੇ ਇਸੇ ਕਰਕੇ ਤਾਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਇੱਕ ਤਖਲਲਸ ਦਿੱਤਾ ਸੀ ਕਿ ਭਾਰਤੀ ਜਨਤਾ ਪਾਰਟੀ ਕੋਲੇ ਦੋ-ਦੋ ਕੰਗਨਾ ਨੇ ਇੱਕ ਤਾਂ ਜਿਹੜੀ ਉਹ ਹਿਮਾਚਲ ਵਾਲੀ ਹੈ ਇੱਕ ਇਹ ਲੁਧਿਆਣੇ ਵਾਲਾ ਰਬੀਤ ਸਿੰਘ ਬਿੱਟੂ ਜੀ ਕੋਈ ਫਰਕ ਨਹੀਂ ਹੈ ਨਾ ਦੋਨਾਂ 'ਚ ਕਹਿੰਦੇ ਆ ਕਿ ਜਦੋਂ ਕੋਈ ਬੰਦਾ ਆਮ ਤੌਰ ਤੇ ਕਿਹਾ ਜਾਂਦਾ ਨਾ ਮੁਸਲਮ ਭਾਈ ਚਾਰੇ ਬਾਰੇ ਕਿ ਜਦੋਂ ਜ਼ਿਆਦਾ ਬਣਦਾ ਤੇ ਫਿਰ ਪੰਜ ਚਾਰ ਨਵਾਜਾਂ ਰੋਜ਼ ਵੱਧ ਪੜਦਾ ਹੁੰਦਾ ਜੀ ਰਬੜੀਤ ਬਿੱਟੂ ਜਿਹੜੀ ਪਾਰਟੀ 'ਚ ਹੁਣ ਤੱਕ ਰਿਹਾ ਉਸ ਪਾਰਟੀ ਦੇ ਵਿੱਚੋਂ ਕੋਈ ਵਫਾਦਾਰੀਤਾ ਨਭਾਈ ਨਹੀਂ ਉਲਟਾ ਹੁਣ ਤੱਕ ਤਾਂ ਇਹ ਸਾਰਾ ਕੁਝ ਇਹਦੇ ਬਾਰੇ ਕਹਿੰਦੇ ਹੁੰਦੇ ਸੀ ਤੇ ਹੁਣ ਉਹ ਭਾਰਤੀ ਜਨਤਾ ਪਾਰਟੀ 'ਚ ਗਿਆ ਹੈ ਉਹ ਇਸ ਕਰਕੇ ਕਹਿੰਦੇ ਆ ਕਿ ਕਿਉਂਕਿ ਜਿਹੜੇ ਆਪਣੇ ਸੁਨੀਲ ਕੁਮਾਰ ਜਾਖੜ ਨੇ ਉਹ ਜਿਹੜਾ ਪ੍ਰਧਾਨ ਉਹਨਾਂ ਦਾ ਇੱਕ ਤਰੀਕੇ ਨਾਲ ਮੋਹ ਪੰਗ ਹੋਇਆ ਵੈ ਜਾਖੜ ਸਾਹਿਬ ਲਗਾਤਾਰ ਇਹਨਾਂ ਦੀਆਂ ਮੀਟਿੰਗਾਂ 'ਚ ਵੀ ਗੈਰ ਹਾਜ਼ਰ ਨਜ਼ਰ ਆ ਰਹੇ ਨੇ ਆਉਂਦੇ ਨਹੀਂ। ਔਰ ਜਾਖੜ ਸਾਹਿਬ ਉਹ ਪਰਿਵਾਰ ਆ ਜਿਹੜੇ ਉਹਨਾਂ ਦੇ ਪਿਤਾ ਜੀ ਜਿਹੜੇ ਕਿ ਬਲਰਾਮ ਜਾਖੜ ਸਾਹਿਬ ਦੇਸ਼ ਦੀ ਪਾਰਲੀਮੈਂਟ ਦੇ ਸਪੀਕਰ ਵੀ ਰਹੇ ਨੇ। ਸਾਬਕਾ ਮੰਤਰੀ ਵੀ ਰਹੇ ਨੇ। ਇਹਨਾਂ ਦੇ ਪਰਿਵਾਰ ਦੇ ਇੱਕ ਹੋਰ ਆ ਸੱਜਨ ਕੁਮਾਰ ਜਾਖੜ ਜੀ। ਉਹੀ ਸਰਦਾਰ ਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਸਹਿਕਾਰਤਾ ਮੰਤਰੀ ਹੁੰਦੇ ਸੀ ਸੋਪਾ ਕਹਿ ਸਕਦੇ ਆ ਇਹ ਜਿਹੜਾ ਰਵਨੀਤ ਬਿੱਟੂ ਹੈ ਬਹੁਤ ਸਾਰੇ ਬੰਦੇ ਕਹਿੰਦੇ ਆ ਕਿ ਦਾਵਾ ਇਹ ਹੈ ਕਿ ਸਾਬ ਬਿਆਨ ਸਿੰਘ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਖਾਤਰ ਆਪ ਦੀ ਜਾਨ ਦਿੱਤੀ ਹੈ ਇਹ ਕਾਂਗਰਸੀ ਆਗੂ ਬਹੁਤ ਵਾਰ ਇਹਨਾਂ ਤੇ ਉੱਤੇ ਗੱਲ ਕਰਦੇ ਆ ਦੂਜੇ ਪਾਸੇ ਦੇਖੋ ਜਦੋਂ ਇਹ ਬਿੱਟੂ ਦੇ ਉੱਥੇ ਜਾਣ ਨਾਲ ਜੇ ਤੁਸੀਂ ਕਹੋ ਉੱਥੋਂ ਦੇ ਭਾਜਪਾਈ ਬਹੁਤ ਖੁਸ਼ ਨੇ ਨਹੀਂ ਆ ਜਿਹੜੇ ਸੀਨੀਅਰ ਆਗੂ ਨੇ ਹਰਜੀਤ ਗਰੇਵਾਲ ਉਹ ਕਹਿੰਦੇ ਕੱਲ ਦੇ ਸ਼ੋਕਰੇ ਲਿਆ ਲਿਆ ਕਿ ਸਾਡੇ ਸਿਰ ਤੇ ਵਹੀ ਜਾਂਦੀ ਹੈ ਇਹ ਚ ਕੋਈ ਸ਼ੱਕ ਨਹੀਂ ਕਿ ਹਰਜੀਤ ਗਰੇਵਾਲ ਤੇ ਕਈ ਹੋਰ ਆਗੂ ਜਿਨ੍ਹਾਂ ਨੂੰ ਕਿਸਾਨੀ ਅੰਦੋਲਨ ਵਿੱਚ ਬਹੁਤ ਕਸ਼ਟ ਸਹਿਣਾ ਪਿਆ ਕਈਆਂ ਦੇ ਘਰਾਂ ਅੱਗੇ ਤਾਂ ਗੰਦਗੀ ਦੇ ਢੇਰ ਸੁੱਟ ਦਿੱਤੇ ਗਏ ਜੀ ਇੱਕ ਉਹ ਮਲੋਟ ਦੇ ਵਿੱਚ ਜਿਹੜਾ ਉਹ ਇਹਨਾਂ ਦਾ ਵਿਧਾਇਕ ਸੀ ਉਹਦੇ ਨਾਲ ਜੋ ਕੁਝ ਵਾਪਰਿਆ ਉਹ ਸਾਰਿਆਂ ਨੂੰ ਪਤਾ ਹੈ ਕਈਆਂ ਨੂੰ ਨਿਰਵਸਤਰ ਕਰ ਦਿੱਤਾ ਗਿਆ ਉਹਨਾਂ ਦੀਆਂ ਬੇਇੱਜ਼ਤੀਆਂ ਕੀਤੀਆਂ ਗਈਆਂ ਤੇ ਕਹਿੰਦੇ ਆ ਕਿ ਖਾਣ ਪੀਣ ਨੂੰ ਕੋਈ ਤੇ ਡੰਡੇ ਖਾਣ ਨੂੰ ਕੋਈ ਇਹ ਮੇਰ ਚੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਦੇ ਕਹਿੰਦੇ ਤੁਸੀਂ ਦਿਤਾਓ ਸਹੀ ਮੈਂ ਇਹਨਾਂ ਨੂੰ ਵੱਡੀ ਝੰਡੀ ਦੇਾਂਗਾ ਉਹਨਾਂ ਨੇ ਤਾਂ ਦਿਤਾਇਆ ਨਹੀਂ ਪਰ ਅਮਿਤ ਸ਼ਾਹ ਸਾਹਿਬ ਨੇ ਆਪਣਾ ਵਾਅਦਾ ਪਗਾਤਾ ਰੇਲ ਰਾਜ ਮੰਤਰੀ ਜਿਹੜਾ ਹੈ ਅਸ਼ਵਨੀ ਬਾਜਪਾ ਸਾਹਿਬ ਨਾਲ ਅਟੈਚ ਤੇ ਫੂਡ ਪ੍ਰੋਸੈਸਿੰਗ ਦਾ ਵਿਭਾਗ ਆਜ਼ਾਦਾਨਾ ਤੌਰ ਤੇ ਦੇਤਾ ਜੀ ਤੇ ਫਿਰ ਰਾਜਸਥਾਨ ਤੋਂ ਜਾ ਕੇ 2 ਸਾਲਾਂ ਵਾਸਤੇ ਮੈਂਬਰ ਪਾਰਲੀਮੈਂਟ ਵੀ ਬਣਾਤਾ ਸੋ ਜਿਸ ਤਰ੍ਹਾਂ ਦਾ ਬੰਦਾ ਉਹਨਾਂ ਨੂੰ ਚਾਹੀਦਾ ਸੀ ਉਹ ਸਾਰੇ ਗੁਣ ਰਵਨੀਤ ਬਿੱਟੂ 'ਚ ਭਾਜਪਾ ਨੂੰ ਨਜ਼ਰ ਆਉਂਦੇ ਆ ਹੂੰ ਤੇ ਭਾਜਪਾਈ ਦੇ ਜਿਹੜੇ ਤੁਸੀਂ ਦੇਖੋ ਕਿੰਨੇ ਕ ਬੰਦੇ ਇਹਦੇ ਨਾਲ ਚੱਲਦੇ ਆ ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਨਰਾਸ਼ਤਾ ਹੈ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਇਹ ਚੀਜ਼ ਨੂੰ ਕਿਵੇਂ ਨਿਜਿੱਠਣਾ ਹੈ ਜੀ ਇਹ ਸਾਰਿਆਂ ਦੇ ਸਾਹਮਣੇ ਹੈ ਤੁਹਾਨੂੰ ਸਾਵੇ ਇਹ ਵੀ ਖਾਸ ਗੱਲ ਰਹੀ ਹੈ ਕਿ ਆ ਜਾਖੜ ਸਾਹਿਬ ਚਾਹੇ ਪਹਿਲਾਂ ਕਾਂਗਰਸ ਦੇ ਵਿੱਚ ਰਹੇ ਨੇ ਤੇ ਹੁਣ ਜਦੋਂ ਉਹ ਪ੍ਰਧਾਨ ਨੇ ਉਹਨਾਂ ਵੱਲੋਂ ਕਦੇ ਵੀ ਇਹੋ ਜਿਹੇ ਸ਼ਬਦ ਨਹੀਂ ਬੋਲੇ ਜਾਂਦੇ ਜਿਹੜੇ ਕਿ ਦੂਸਰੇ ਨੂੰ ਬਹੁਤ ਜ਼ਿਆਦਾ ਨੀਵਾ ਦਿਖਾ ਦੇਣ ਬੜਾ ਸੋਚ ਸਮਝ ਕੇ ਬੋਲਦੇ ਨੇ ਸੌਰਵਨੀਤ ਬਿੱਟੂ ਤੇ ਉਹਨਾਂ ਦਾ ਬੜਾ ਫਰਕ ਹੈ ਆਪਸ ਦੇ ਵਿੱਚ ਦੇਖੋ ਜਾਖੜ ਸਾਹਿਬ ਇੱਕ ਬਹੁਤ ਸੀਜੰਡ ਪੋਲੀਟੀਸ਼ੀਅਨ ਨੇ ਇੱਕ ਅਜਿਹੇ ਰਾਜਨੀਤਵਾਨ ਨੇ ਜਿਨ੍ਹਾਂ ਦੇ ਕੋਲੇ ਠਰਮਾ ਜੀ ਜਿਨ੍ਹਾਂ ਦੇ ਕੋਲੇ ਸ਼ਬਦਾਬਲੀ ਹੈ ਤੇ ਕਈ ਵਾਰੋਂ ਆਪਣੀਆਂ ਪਾਰਟੀ ਦੀਆਂ ਲੀਹਾਂ ਤੋਂ ਉੱਪਰ ਉੱਠ ਕੇ ਵੀ ਕਈ ਗੱਲਾਂ ਕਰ ਜਾਂਦੇ ਆ ਉਹਨਾਂ ਨੇ ਇੱਕ ਵਾਰੀ ਇੱਥੇ ਤੱਕ ਵੀ ਕਹਿਤਾ ਸੀ ਕਿ ਪੰਜਾਬ ਨੂੰ ਇੱਕ ਵਧੀਆ ਅਕਾਲੀ ਦਲ ਦੀ ਲੋੜ ਹੈ ਜੀ ਇਹਨਾਂ ਨੇ ਆਪਣਾ ਜਖਰ ਸਾਹਿਬ ਨੇ ਸੋ ਉਹਨਾਂ ਦਾ ਆਪਣਾ ਹੀ ਹੈ ਇੱਕ ਰਾਜਕੁਮਾਰ ਬੇਰਕਾ ਨੇ ਜੀ ਇਹ ਵੀ ਭਾਜਪਾਈ ਬਣੇ ਸੀ ਪਰ ਜਲਦੀ ਵਾਪਸ ਪਰਤੇ ਆਏ ਹੂੰ ਉਹ ਕਹਿੰਦੇ ਵੀ ਆ ਬਿੱਟੂ ਤਾਂ ਇੱਕ ਨਕਾਰਤਮਕ ਮਕਮਕ ਜਿਹੜਾ ਹੈਗਾ ਨਾ ਉਹ ਆਗੂ ਆਏ ਜਿਵੇਂ ਨਵਜੂਤ ਸਿੱਧੂ ਬਾਰੇ ਕਈ ਅਕਾਲੀ ਆਗੂ ਤੇ ਹੋਰ ਚੱਲਦੇ ਆ ਕਹਿੰਦੇ ਮਿਸ ਗਾਈਡਡ ਮਸਾਇਲ ਹੈ ਪਤਾ ਨਹੀਂ ਕਿੱਥੇ ਜਾ ਕੇ ਡਿੱਗੇ ਕਈ ਵਾਰ ਮੈਨੂੰ ਯਾਦ ਹੈ ਜਦਦਰ ਜਗਦੇਵ ਸਿੰਘ ਤਲਵੰਡੀ ਹੁੰਦੇ ਸੀ ਅਕਾਲੀ ਦਲ ਦੇ ਪ੍ਰਧਾਨ ਰਹੇ ਆ ਕਿਸੇ ਵੇਲੇ ਮੰਤਰੀ ਵੀ ਰਹੇ ਆ ਇੱਕ ਵਾਰ ਫਤਿਹਗੜ੍ਹ ਸਾਹਿਬ ਛਿੱਦੀ ਜੋੜ ਮੇਲ ਤੇ ਕੈਪਟਨ ਕਾਮਲਜੀਤ ਸੀਗੇ ਉੱਥੇ ਮੰਚ ਦਾ ਸੰਚਾਲਨ ਕਰ ਰਹੇ ਤਲਵੰਡੀ ਸਾਹਿਬ ਨੂੰ ਕਹਿੰਦੇ ਕਿ ਤਲਵੰਡੀ ਸਾਹਿਬ ਆਪਣੀ ਤੋਪ ਦਾ ਮੂੰਹ ਕਾਂਗਰਸ ਵੱਲ ਰੱਖਿਓ ਕਿਤੇ ਕਹਿੰਦਾ ਤੁਸੀਂ ਇੱਧਰ ਨੂੰ ਵੀ ਕਰ ਦਿੰਦੇ ਹੋ ਨਾ ਕਦੇ-ਕਦੇ ਤਲਵੰਡੀ ਸਾਹਿਬ ਕਹਿੰਦੇ ਪਹਿਲਾਂ ਹੀ ਡਰੀ ਜਾਂਦੇ ਹੋ ਹਾਲੇ ਤਾਂ ਬ ਖੜਾ ਹੀ ਹੋਇਆ ਹੈ ਭਾਪ ਤਲਵੰਡੀ ਸਾਹਿਬ ਇੱਕ ਜਿਹੇ ਆਗੂ ਸਨ ਜਿਹੜੇ ਵਿਵਾਕੀ ਨਾਲ ਆਪਣੀ ਗੱਲ ਕਹਿ ਦਿੰਦੇ ਸਨ ਭਵੇਂ ਕਿਸੇ ਦੇ ਗਿੱਟੇ ਗੋਡੇ ਵੱਜੇ ਜੀ ਸੋ ਇਹ ਜਿਹੜਾ ਡਾਕਟਰ ਰਾਜਕਮਰ ਬੇਰਕਾ ਨੇ ਰਬੜੀ ਤੇ ਬਟੂ ਨੂੰ ਤੁਸ ਖਲਸ ਦੱਤਾ ਹੈ ਚਲੋ ਰਾਸੀ ਆਗੂਆਂ ਦੀਆਂ ਆਪਣੀਆਂ ਆਪਣੀਆਂ ਗੱਲਾਂ ਜੀ ਗੱਲ ਜੇਕਰ ਢਲੋ ਸਾਹਿਬ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਦੇ ਵਿੱਚ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਸੰਜੇ ਤਲਵਾਰ ਉਨਾ ਦੀ ਗੱਡੀ ਦੇ ਉੱਪਰ ਹਮਲਾ ਹੋਇਆ ਫਾਇਰਿੰਗ ਹੋਈ ਹੈ ਸਵਾਲੀਆ ਨਿਸ਼ਾਨ ਪਹਿਲਾਂ ਬਹੁਤ ਉੱਠਦੇ ਨੇ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਦੇ ਸੋ ਅਜੇ ਵੱਡੇ ਲੀਡਰ ਤੇ ਜੇ ਇਹੋ ਜਿਹਾ ਕੁਝ ਵਾਪਰ ਰਿਹਾ ਤਾਂ ਫਿਰ ਅੱਗੇ ਦੀ ਸਥਿਤੀ ਕੀ ਹੋ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਮਾਮਲੇ ਬਾਰੇ ਦੇਖੋ ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਅਮਨ ਕਾਨੂੰਨ ਦੇ ਉੱਤੇ ਪਹਿਲਾਂ ਹੀ ਬਹੁਤ ਵੱਡੇ ਸਵਾਲ ਉੱਠ ਖੜੇ ਰਹੇ ਸੰਜੇ ਤਲਵਾਰ ਸਾਹਿਬ ਸਾਊਥ ਸਿਟੀ ਜਨਪਤ ਐਨਕਲੇਬ ਉਹਨਾਂ ਦਾ ਘਰ ਹੈ ਉਹਨਾਂ ਦੀ ਗੱਡੀ ਹੈ ਪੀਬੀ 10 ਯੂ 006 ਜੂਰ 0 ਇਹ ਘਰ ਦੇ ਬਾਹਰ ਖੜੀ ਸੀ ਕਹਿੰਦੇ ਸਾਬਕਾ ਵਿਧਾਇਕ ਉਥੇ ਪਹੁੰਚੇ ਤਾਂ ਕਾਰ ਦੇ ਸ਼ੀਸ਼ੇ ਟੁੱਟੇ ਹੋਏ ਸਨ ਉਹ ਕਹਿੰਦੇ ਮੈਨੂੰ ਲੱਗਿਆ ਵੀ ਸ਼ਾਇਦ ਕੋਈ ਇੱਟਾਂ ਪੱਥਰਾਂ ਨਾਲ ਕਿਸ ਨੇ ਹਮਲਾ ਕੀਤਾ ਜਿਹੜਾ ਉਹਨਾਂ ਦਾ ਅੰਗਰੱਖਕ ਹੈ ਉਹਨੇ ਜਦੋਂ ਵਿੱਚੋਂ ਜਾ ਕੇ ਦੇਖਿਆ ਉਹਦੇ ਇੱਕ ਕੋਲ ਵੀ ਪਿਆ ਗੋਲੀ ਦਾ ਹੂੰ ਇਹਦੇ ਮਾਮਲੇ ਦੇ ਵਿੱਚ ਡੀਸੀਪੀ ਸ਼ੁਭਮ ਮਕਰਵਾਲ ਹੈ ਉਹਨਾਂ ਨੇ ਆ ਕੇ ਮਾਮਲੇ ਦੀ ਜਾਂਚ ਕੀਤੀ ਤੇ ਇਹ ਸੁਣਦਿਆਂ ਅਨੁਸਾਰ ਲੁਧਿਆਣਾ ਪੱਛਮ ਦੇ ਜਿਹੜੇ ਵਿਧਾਇਕ ਨੇ ਗੁਰਪ੍ਰੀਤ ਸਿੰਘ ਗੋਗੀ ਉਹ ਵੀ ਉੱਥੇ ਪਹੁੰਚ ਗਏ ਜੀ ਗੁਰਪ੍ਰੀਤ ਸਿੰਘ ਗੋਗੀ ਦਾ ਵੀ ਕਈ ਮਾਮਲਿਆਂ ਦੇ ਵਿੱਚ ਕੋਈ ਬਦਲ ਨਹੀਂ ਹੈ ਉਹ ਸੱਚੀ ਗੱਲ ਕਹਿਣ ਦੇ ਵਿੱਚ ਝਿਜਕ ਨਹੀਂ ਕਰਦੇ ਪਤਾ ਲੱਗਿਆ ਕਿ ਸ਼ਾਮ ਨੂੰ ਵਾਪਸ ਆ ਕੇ ਕਾਰ 6:30 ਵਜੇ ਖੜਾਈ ਸੀ ਉਹ ਕਹਿੰਦੇ ਮੇਰਾ ਬੇਟਾ ਨੂੰ ਡਰਾਈਵਰ ਤੇ ਗਨਮੈਨ ਕਿਧਰੋਂ ਆਏ ਸਵੇਰੇ 9:15 ਵਜੇ ਡਰਾਈਵਰ ਤੇ ਗਨਮੈਨ ਕਾਰ ਨੂੰ ਬਾਹਰ ਕੱਢਣ ਲੱਗੇ ਤਾਂ ਸ਼ੀਸ਼ਾ ਵਗੈਰਾ ਸਾਰਾ ਕੁਝ ਦੇਖ ਲਿਆ ਕਹਿੰਦੇ ਅੱਧਾ ਘੰਟਾ ਤੱਕ ਸੀਸੀਟੀਵੀ ਜਿਹੜੇ ਕੈਮਰਾ ਜene ਉਹ ਬੰਦ ਰਹੇ ਨੇ ਹੂੰ ਇਹਦਾ ਮਤਲਬ ਇਹ ਸਾਰਾ ਕੁਝ ਉਸ ਸਮੇਂ ਵਾਪਰਿਆ ਤੇ ਜਿਹੜੇ ਡੀਸੀਪੀ ਨੇ ਮਿਸਟਰ ਸ਼ੁਭਮ ਅਗਰਵਾਲ ਜੀ ਉਹ ਕਹਿੰਦੇ ਜੀ ਸਾਨੂੰ ਤੁਸੀਂ ਅੱਜ ਦਾ ਦਿਨ ਦਿਓ ਹਮ ਅਸੀਂ ਕਾਫੀ ਆਪਦੀ ਜਾਂਚ ਸ਼ੁਰੂ ਕਰਤੀ ਹੈ ਪੜਤਾਲ ਹੋ ਰਹੀ ਹੈ ਉਮੀਦ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਜਿਹੜਾ ਹੈਗਾ ਉਹਦਾ ਪਰਦਾ ਉਤਾਰ ਦੇਾਂਗੇ ਅਸਲੀਅਤ ਸਾਹਮਣੇ ਆ ਜਾਵੇ ਜੀ ਲੋ ਸਾਹਿਬ ਇੱਥੇ ਇੰਟਰਸਟਿੰਗ ਫੈਕਟ ਬੁਧਾਇਕ ਗੋਗੀ ਹੁਨਾਲ ਹੈ ਕਿਉਂਕਿ ਪਹਿਲਾਂ ਵੱਡੇ ਨਾਲੇ ਦਾ ਨੀ ਪੱਥਰ ਤੋੜਨ ਨੂੰ ਲੈ ਕੇ ਲਾਲੋ ਹੁਣ ਕਿਉਂਕਿ ਆਪ ਦੇ ਵਿਧਾਇਕ ਨੇ ਜਾ ਕੇ ਖੜੇ ਨੇ ਕਾਂਗਰਸ ਦੇ ਲੀਡਰ ਦੇ ਨਾਲ ਸੋ ਅਜੇਹੇ ਦੇ ਵਿੱਚ ਸਿੱਧੇ ਤਰੀਕੇ ਨਾਲ ਤਾਂ ਨਹੀਂ ਉਹ ਆਪਣੀ ਸਰਕਾਰ ਦੀ ਆਲੋਚਨਾ ਕਰ ਰਹੇ ਪਰ ਜ਼ਰੀਏ ਜ਼ਰੂਰ ਅਪਣਾ ਰਹੇ ਨੇ ਵੱਖਰੇ ਵੱਖਰੇ ਤਰੀਕੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਚੱਲੇਗਾ ਵਰਤਾਰਾ ਇਹ ਜਿਹੜੇ ਗੁੱਗੀ ਸਾਹਿਬ ਨੇ ਹੁਣ ਇਸ ਮਾਮਲੇ 'ਚ ਵੀ ਉਹਨਾਂ ਨੇ ਕਹਿ ਕੇ ਮੈਂ ਤਲਵਾਰ ਪਰਿਵਾਰ ਦੇ ਨਾਲ ਖੜਾ ਹਾਂ ਇਸ ਰਾਜਨੀਤੀ ਦੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਰਾਜਨੀਤੀ ਤੋਂ ਉੱਪਰ ਉੱਠ ਕੇ ਚੱਲਣੀਆਂ ਹੁੰਦੀਆਂ ਨੇ ਬਹੁਤ ਸਾਰੇ ਸਾਡੇ ਰਾਜਨੀਤਿਕ ਪਹਿਲਾਂ 2002 ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦਾ ਸਮਾਂ ਨਹੀਂ ਸੀ ਹੁੰਦਾ ਆਮ ਤੌਰ ਤੇ ਵਿਧਾਨ ਸਭਾ ਦੇ ਵਿੱਚ ਜੇ ਮੈਂ ਤੁਹਾਨੂੰ ਜਾਣਕਾਰੀ ਦਿਆਂ 2002 ਤੋਂ ਪਹਿਲਾਂ ਜਦੋਂ ਵਿਧਾਨ ਸਭਾ ਸੈਸ਼ਨ ਚੱਲਦਾ ਹੁੰਦਾ ਸੀ ਨਾ ਤਾਂ ਦੁਪਹਿਰ ਦਾ ਭੋਜਨ ਤੇ ਸ਼ਾਮ ਦਾ ਭੋਜਨ ਇਹਦੀਆਂ ਬਹੁਤ ਮਰਿਆਦਾਵਾਂ ਸੀ ਅੱਜ ਕੀ ਦੇ ਵੱਲੋਂ ਆ ਜੀ ਅੱਜ ਮੁੱਖ ਮੰਤਰੀ ਸਾਹਿਬ ਵੱਲੋਂ ਕਾਲੂ ਜੀ ਜਿਹੜੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਉਹਨਾਂ ਨੇ ਦੁਪਹਿਰ ਦਾ ਰੱਖ ਲਿਆ ਅਗਲੇ ਦਿਨ ਜੀ ਇਹ ਤਾਂ ਜੀ ਵਿੱਤ ਮੰਤਰੀ ਸਾਹਿਬ ਵੱਲੋਂ ਆਇਆ ਤੇ ਇੱਕ ਦਿਨ ਇਹ ਆ ਵੀ ਆਉਂਦਾ ਸੀ ਅੱਜ ਸਾਰਿਆਂ ਵਾਸਤੇ ਸ਼ਾਮ ਦਾ ਖਾਣਾ ਵਿਰੋਧੀ ਧਿਰ ਦੇ ਆਗੂ ਵੱਲੋਂ ਆ ਜੀ ਉਹਦਾ ਮਕਸਦ ਕੀ ਹੁੰਦਾ ਸੀ ਉਹਦਾ ਮਕਸਦ ਇਹ ਹੁੰਦਾ ਸੀ ਕਿ ਇਹੋ ਜਿਹੇ ਮੌਕੇ ਸਿਆਸੀ ਦੂਰੀਆਂ ਮਿਟਾ ਕੇ ਆਪ ਸੁਵਿਧਿ ਮਿਲ ਬੈਠ ਕੇ ਬੈਠੋ ਕਈਆਂ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੇਲ ਨਹੀਂ ਸੀ ਹੁੰਦਾ ਇਹੋ ਜੇ ਮੌਕੇ ਫਿਰ ਮੁੱਖ ਮੰਤਰੀ ਨੂੰ ਸੌਖਿਆ ਮਿਲ ਲੈਂਦੇ ਸੀ ਆਪਣੇ ਇਲਾਕੇ ਦੇ ਕੰਮ ਧੰਦੇ ਵੀ ਕਹਿ ਦਿੰਦੇ ਸੀ ਇਹ ਜੇ ਪਹਿਲੀ ਵਾਰ ਕਿਸੇ ਨੇ ਇਹਦੇ ਵਿੱਚ ਗਲਤ ਪਾਸੇ ਨੂੰ ਵੱਟਾ ਮਾਰਿਆ ਉਹ 2002 ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਹੋਇਆ ਜਦੋਂ ਇੱਥੇ ਮਈ ਦੇ ਮਹੀਨੇ ਵਿੱਚ ਨਗਰ ਨਿਗਮ ਚੋਣਾਂ ਹੋਈਆਂ ਇੱਥੇ ਬੂਥਾ ਤੇ ਕਬਜ਼ੇ ਹੋਏ ਮੈਨੂੰ ਕਹਿੰਦੇ ਕੋਈ ਹਰਜ ਨਹੀਂ ਜੀ ਹਾਲਾਂਕਿ 50 ਵਾਰਡ ਸੀ 50 ਦੇ ਵਿੱਚੋਂ 35 ਦੇ ਕਰੀਬ ਕਾਂਗਰਸ ਸਰਕਾਰ ਜਿੱਤ ਰਹੀ ਸੀ ਇੱਕ ਬੰਦੇ ਨੂੰ ਜਿਤਾਉਣ ਵਾਸਤੇ ਸਾਰਾ ਕੰਮ ਕੀਤਾ ਗਿਆ ਇਹੀ ਵਰਤਾਰਾ ਰਾਜਪੁਰੇ ਕੀਤਾ ਤੇ ਫਿਰ ਅਗਲੇ ਨੇ ਇਹਨਾਂ ਦੇ 19 ਦੇ 51 ਪਾਤੇ ਸੁਖਵੀਰ ਸਿੰਘ ਨੇ ਸੱਤ ਚ ਜੀ ਉਸ ਤੋਂ ਪਹਿਲਾਂ ਇਹ ਮਿਊਸਪਲਿਟੀ ਇਸ ਤਰ੍ਹਾਂ ਹੁੰਦੀਗਾ ਸੀ ਪਟਿਆਲਾ ਖਾਸ ਕਰ ਸਰਕਾਰ ਅਕਾਲੀ ਦਲ ਦੀ ਮਿਊਸਪਲਿਟੀ ਕਾਂਗਰਸ ਦੀ ਸਰਕਾਰ ਕਾਂਗਰਸ ਦੀ ਮਿਊਸਪਲਟੀ ਅਕਾਲੀਗਾਂ ਦੀ ਉਦੋਂ ਬਾਅਦ ਇਹ ਜ਼ਹਿਰ ਇਹੋ ਜਿਹਾ ਕੁਲਿਆ ਇੱਕ ਦੂਜੇ ਤੋਂ ਵੱਧ ਵੱਧ ਕੇ ਹੂੰ ਥਾਪੀਆਂ ਮਾਰਦੇ ਰਹੇ ਸੋ ਇਸ ਮਾਮਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਹੀਂ ਹੋਣੀਆਂ ਚਾਹੀਦੀਆਂ ਤੁਹਾਡੇ ਸਮਾਜਿਕ ਰਿਸ਼ਤੇ ਵਿਆਹ ਅਜੇ ਵੀ ਖੈਰ ਆਉਂਦੇ ਆ ਪਰ ਜੇ ਤੁਸੀਂ ਇਸ ਤਰ੍ਹਾਂ ਦੀਆਂ ਖੁੰਦਕਾਂ ਇਸ ਤਰ੍ਹਾਂ ਦੇ ਬਖਰੇਵੇਂ ਇਸ ਤਰ੍ਹਾਂ ਦੇ ਇਹ ਜਿਹੜਾ ਠਾਠੂ ਕਰਦੇ ਹੋ ਇਹਨਾਂ ਨੂੰ ਪਾਸੇ ਰੱਖੋ ਜੀ ਆਮ ਤੌਰ ਤੇ ਵਿਧਾਨ ਸਭਾ ਦੇ ਵਿੱਚ ਵੀ ਨਾ ਟੀਚਰੋ ਟੀਚਰੀ ਹੋਈ ਜਾਂਦੇ ਕਹਿੰਦੇ ਇੱਕ ਵਾਰੀ ਮੈਨੂੰ ਵੀਰ ਦਵਿੰਦਰ ਸਿੰਘ ਉਹ ਰਾਣੇ ਗੱਲ ਸੁਣਾਈ ਉਹ ਕਹਿੰਦੇ ਜੀ ਬਾਦਲ ਸਾਹਿਬ ਮੁੱਖ ਮੰਤਰੀ ਸੀ ਇੱਕ ਗੱਲ ਚੱਲ ਪਈ ਕਿ ਆ ਜਿਹੜੇ ਘੋੜੇ ਆ ਨਾ ਕਹਿੰਦੇ ਤਾਂ ਵੀਰ ਦਵਿੰਦਰ ਹੋਰਾਂ ਨੂੰ ਪੁੱਛੋ ਇਹਨਾਂ ਦੇ ਬਾਰੇ ਜਾਣਕਾਰੀ ਵਾਵਾ ਰੱਖਦੇ ਆ ਇਹ ਕਾਂਗਰਸੀ ਅਗਲਾ ਮੁੱਦਾ ਆ ਗਿਆ ਕਿ ਕੁਝ ਖਚਰੇ ਤੇ ਗਧੇ ਖਰੀਦਨੇ ਸੀ ਪਸ਼ੂ ਪਾਲਣ ਮਹਿਕਮੇ ਦੀ ਹੁਣ ਵੀਰ ਦਵਿੰਦਰ ਦਾ ਹਾਜ਼ਰ ਜਵਾਬੀ ਉਹਦੇ ਨਾਲ ਦੀ ਤਾਂ ਕੋਈ ਹੈ ਨਹੀਂ ਸੀ ਉਹਨਾਂ ਦੀ ਜੀ ਉਹ ਜਦੋਂ ਚੱਲੀ ਉਹ ਕਹਿੰਦੇ ਭਾਈ ਜੇ ਘੋੜਿਆਂ ਦੀ ਗੱਲ ਸਾਨੂੰ ਪੁੱਛੀ ਸੀ ਆ ਖਚਰਿਆਂ ਤੇ ਗਧਿਆਂ ਦੀ ਗੱਲ ਇੱਧਰ ਬੋਦਲ ਸਾਹਿਬ ਨੂੰ ਪੁੱਛ ਲਓ ਭਾਪ ਗੁੱਸਾ ਨਹੀਂ ਸੀ ਕਰਦੀ ਹੂੰ ਪਿਚਰੋ ਟਿਚਰੀ ਕੋਈ ਨਾ ਕੋਈ ਬਾਦਲ ਸਾਹਿਬ ਨੇ ਵੀ ਆਤ ਅਸੀਂ ਉਹ ਵੀ ਕੋਈ ਨਾ ਕੋਈ ਸ਼ਰਲੀ ਛੱਡੀ ਦਿੰਦੇ ਸੀਗੇ ਜੀ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਮਸ਼ਹੂਰ ਨੇ ਕਹਿੰਦੇ ਇੱਕ ਵਾਰ ਇੱਕ ਸੇਠ ਦੇ ਦੁਕਾਨ ਤੇ ਚੋਰੀ ਹੋ ਗਈ ਉਸ ਤੋਂ ਬਾਅਦ ਬੰਦੇ ਪਤਾ ਲੱਣ ਚਲੇ ਗੇ ਬਾਹਰਲੇ ਪਾਸੇ ਮੂਫਲੀਆਂ ਦੀ ਬੋਰੀ ਪਈ ਭਰੀ ਉਹ ਜਿਹੜਾ ਜਾਵੇ ਵਾਪਸੀ ਆਉਂਦਾ ਬੋਰੀ ਚ ਰੁਗ ਭਰ ਲਿਆ ਆਇਆ ਕਰੇ ਕਹਿੰਦੇ ਕਿਸੇ ਸਿਆਣੇ ਬੰਦੇ ਨੇ ਜਾ ਕੇ ਪੁੱਛਿਆ ਵੀ ਸੇਠ ਜੀ ਨੁਕਸਾਨ ਕਿੰਨਾ ਕੁ ਹੋ ਗਿਆ ਕਦਾ ਕੀ ਦਸੀਏ ਸਰਦਾਰ ਜੀ ਨੁਕਸਾਨ ਤਾਂ ਅਜੇ ਚੱਲੀ ਜਾਂਦਾ ਹੈ ਵੀ ਜਿਹੜਾ ਆਉਂਦਾ ਦਿਨ ਦੇ ਵਿੱਚ 5-7 ਕਿਲੋ ਮੂਹਵਲੀਆਂ ਰੇੜੀਆਂ ਪਾ ਕੇ ਲੈ ਜਾਂਦਾ ਵੀ ਚੱਲੀ ਜਾਂਦਾ ਨੁਕਸਾਨ ਤਾਂ ਜੀ ਇਸ ਤਰ੍ਹਾਂ ਦੀਆਂ ਉਦਾਹਰਨਾਂ ਬੜੀਆਂ ਹਲਕੀਆਂ ਫੁਲਕੀਆਂ ਉਦਾਹਰਨਾਂ ਦੀ ਗੱਲ ਅਕਸਰ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕੋਹਰ ਸ਼ਬਦ ਕਹਿੰਦੇ ਹੁੰਦੇ ਸੀ ਕਿ ਜਿਹੜਾ ਖੇਤੀ ਕਰਦਾ ਮਾਂ ਉਸ ਨੂੰ ਪਲੀ ਘੋਦੀ ਵੱਧ ਪਾ ਦਿੰਦੀ ਸੀ ਕਿ ਇਹ ਦੇ ਕਰਕੇ ਸਾਰਾ ਘਰ ਚੱਲਦਾ ਚੱਲਦਾ ਜੀ ਚਲੋ ਸਾਬ ਗੱਲ ਕਰਾਂਗੇ ਪੰਚਾਇਤੀ ਚੋਣਾਂ ਦੀ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਜਿਹੜੇ ਮਾਮਲੇ ਨੇ ਭਗਤੇ ਜਾ ਰਹੇ ਨੇ ਅੱਜ ਗਿੱਦੜਵਾਹਾ ਦੇ ਵਿੱਚ ਕਹਿੰਦੇ ਹੋਰ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਦੀਆਂ ਵੀ ਚੋਣਾਂ ਰੱਦ ਹੋ ਗਈਆਂ ਕਿਉਂਕਿ ਲਗਾਤਾਰ ਪ੍ਰਧਾਨ ਬੜੰਗ ਹੋਣੀ ਤੇ ਉਧਰ ਅਕਾਲੀ ਦਲ ਦਾ ਗੜ ਹੈ ਉਹ ਏਰੀਆ ਤਾਂ ਲਗਾਤਾਰ ਦੋਵੇਂ ਪਾਰਟੀਆਂ ਲੱਗੀਆਂ ਹੋਈਆਂ ਨੇ ਜੀ ਦੇਖੋ ਜਿਹੜੀ ਇਸ ਸਰਕਾਰ ਨੇ ਇਹ ਚੋਣਾਂ ਕਰਾਈਆਂ ਨੇ ਇਹ ਬੜਾ ਅਜੀਬ ਵਰਤਾਰੇ ਦੇ ਵਿੱਚ ਮਾਮਲਾ ਜਾ ਰਿਹਾ ਹੈ ਕਿਤੇ ਨਾਮਜ਼ਦਗੀਆਂ ਰੱਦ ਹੋ ਰਹੀਆਂ ਨੇ ਕਿਤੇ ਰਾਖਵੇਂ ਕਰਨ ਦਾ ਮਾਮਲੇ ਦਾ ਪੰਗਾ ਪਿਆਵ ਹੈ ਤੇ ਗਿੱਦੜਵਾਹਾ ਦੇ 24 ਪਿੰਡ ਕਈਆਂ ਦਿਨਾਂ ਵਾਪਸ ਕਰਾਏ ਸੀ ਕਾਗਜ਼ ਜੀ ਉਹ ਜਦੋਂ ਪੜਤਾਲ ਹੋਈ ਕਹਿੰਦੇ ਜਿਹੜੇ ਕਾਗਜ਼ਾਂ ਤੇ ਭਰਨ ਵੇਲੇ ਦਸਤਕਤ ਸੀ ਤੇ ਜਿਹੜੇ ਵਾਪਸ ਕਰਾਏ ਗਏ ਦਸਕਤ ਨੇ ਉਹ ਵੇਲ ਨਹੀਂ ਖਾਂਦੇ ਹੂੰ ਇਹਦਾ ਮਤਲਬ ਜਿਹੜੇ ਵਾਪਸ ਕਰਾਏ ਗਏ ਉਥੇ ਦਸਕਤ ਕਿਸੇ ਹੋਰ ਦੇ ਕਰਾਏ ਗਏ ਨੇ ਸਹੀ ਨਹੀਂ ਹੈਗੇ ਜੀ ਤਾਂ ਇਹ 6 ਮਹੀਨੇ ਬਾਅਦ ਹੋਣਗੀਆਂ ਉਦੋਂ 250 ਚੋਣਾਂ ਤੇ ਪਹਿਲਾਂ ਰੋਕ ਲਾਤੀ ਸੀਗੀ 300 ਨਵੀਆਂ ਪਟੀਸ਼ਨਾਂ ਆ ਗਈਆਂ ਹੋਰ ਆ ਗਈਆਂ ਅੱਜ ਛੁੱਟੀਆਂ ਦੇ باوجود ਵੀ ਸੋ ਇਸ ਕਰਕੇ ਜਿਹੜੀਆਂ ਪੰਚਾਇਤ ਚੋਣਾਂ ਨੇ ਇਹ ਆਪਣੇ ਆਪ ਦੇ ਵਿੱਚ ਜਰੂਸ ਸਰਕਾਰ ਨੇ ਕੱਢ ਲਿਆ ਜੀ ਬਿਹਤਰ ਤਾਂ ਇਹ ਹੈ ਜੇ ਜਨਮ ਜਦ ਆਪਣਾ ਸਰਵਸੰਮਤੀਆਂ ਹੋ ਜਾਣ ਇੱਥੇ ਤਾਂ ਇਹੋ ਜਿਹਾ ਵੀ ਦੇਖਿਆ ਅਸੀਂ ਕਿ ਕੱਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਪੇਪਰ ਸਹੀ ਨੇ ਬਾਕੀ ਸਭ ਦੇ ਰੱਦ ਜਿਵੇਂ ਉਹਨਾਂ ਨੂੰ ਪਰ ਨਹੀਂ ਨਹੀਂ ਹੁੰਦੇ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਲੋਕਤੰਤਰ ਨਹੀਂ ਇਹਨੂੰ ਕਿਹਾ ਜਾਂਦਾ ਇਹਨੂੰ ਕੋਈ ਹੋਰ ਤੰਤਰ ਕਿਹਾ ਜਾਂਦਾ ਜਿਹਦੇ ਤੋਂ ਬਚਨ ਦੀ ਲੋੜ ਸੀ ਪਰ ਨਹੀਂ ਬਚੇ ਇਹ ਚੀਜ਼ ਨੇ ਸਰਕਾਰ ਦਾ ਅਕਸ ਖਰਾਬ ਕੀਤਾ ਔਰ ਇਹਦਾ ਜਵਾਬ ਸਰਕਾਰ ਨੂੰ ਇਹਦਾ ਚੁਕਾਉਣਾ ਪਵੇਗਾ ਮਾਮਲਾ ਸਾਰੇ ਦਾ ਸਾਰਾ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਜੀ ਬਿਲਕੁਲ ਸੋ ਇੱਥੇ ਸਭ ਗੱਲ ਕਰੀਏ ਤਾਂ ਪ੍ਰਤਾਪ ਬਾਜਵਾ ਵਿਰੋਧੀ ਧਿਰ ਦੇ ਆਗੂ ਨੇ ਲਗਾਤਾਰ ਸਰਗਰਮ ਨੇ ਪਹਿਲਾਂ ਹਰਿਆਣਾ ਚੋਣਾਂ ਦੇ ਵਿੱਚ ਸਰਗਰਮ ਸੀ ਤੇ ਹੁਣ ਸਰਗਰਮ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਸੋ ਉਹਨਾਂ ਨੇ ਮੰਗ ਕੀਤੀ ਸੀ ਕਿ ਪੰਚਾਇਤੀ ਚੋਣਾਂ ਦੀ ਵੀਡੀਓਗ੍ਰਾਫੀ ਹੈ ਜਿਹੜੀ ਉਹ ਜ਼ਰੂਰ ਕੀਤੀ ਜਾਗੇ ਤਾਂ ਕਿ ਨਿਰਪੱਖ ਹੈ ਜਿਹੜੀਆਂ ਚੀਜ਼ਾਂ ਰਹਿ ਸਕਣ ਜੇ ਕੋਈ ਸਵਾਲ ਵੀ ਚੁੱਕਦਾ ਤਾਂ ਇੱਕ ਸਬੂਤ ਹੈ ਜਿਹੜਾ ਉਹ ਹੋਵੇ ਸੋ ਇਸ ਉਹਨਾਂ ਦੀ ਰਿਕੁਐਸਟ ਨੂੰ ਰਾਜ ਦਾ ਜਿਹੜਾ ਚੋਣ ਕਮਿਸ਼ਨ ਹੈ ਉਹਨਾਂ ਨੇ ਮੰਗ ਲਿਆ ਮੰਨ ਲਿਆ ਜਿਸ ਤੋਂ ਬਾਅਦ ਫੈਸਲੇ ਦੀ ਛਲਾਗਾ ਜਿਹੜੀ ਉਹ ਬਾਜਵਾ ਹੁਣਾਂ ਵੱਲੋਂ ਕੀਤੀ ਗਈ ਹੈ ਜੀ ਬਾਜਵਾ ਸਾਹਿਬ ਨੇ ਇਹ ਛਲਾਗਾ ਕੀਤੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜ ਵੇਹ ਵਾਲੀਆਂ ਜਿਹੜੀਆਂ ਰੱਦ ਹੋਈਆਂ ਨੇ ਉਤੇ ਉਹਨਾਂ ਦਾ ਆਪਣਾ ਇਲਾਕਾ ਵੀ ਉਹੀ ਹੈ ਰਾਜਾ ਵੜਿੰਗ ਸਾਹਿਬ ਦਾ ਤੇ ਪ੍ਰਤਾਪ ਸਿੰਘ ਆਜਵਾਹ ਕਹਿੰਦੇ ਅਸੀਂ ਮੰਗ ਕੀਤੀ ਸੀ ਜੀ ਮੰਗ ਕੀ ਕੀਤੀ ਸੀ ਕਿ ਜਿੱਥੇ-ਜਿੱਥੇ ਸੰਵੇਦਨਸ਼ੀਲ ਤੇ অতি ਸੰਵੇਦਨਸ਼ੀਲ ਪੋਲੰਗ ਬੂਥ ਨੇ ਹੂੰ ਉਹਨਾਂ ਦੀ ਵੀਡੀਓਗ੍ਰਾਫੀ ਵੀ ਕਰਾਈ ਜਾਵੇ ਤੇ ਕੈਮਰੇ ਦੀ ਨਿਗਰਾਨੀ ਵਿੱਚ ਚੋਣਾ ਹੋਣਾ ਰਾਜ ਚੋਣ ਕਮਿਸ਼ਨ ਰਾਜਕਮਲ ਚੌਧਰੀ ਸਾਹਿਬ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਉਦੇਸ਼ ਦਿੱਤੇ ਨੇ ਕਿ ਸ਼੍ਰੀਮਾਨ ਜੀ ਇਹ ਪ੍ਰਬੰਧ ਤੁਸੀਂ ਕਰਨੇ ਆ ਜੀ ਇੱਕ ਤਾਂ ਥੋੜਾ ਜਿਹੜਾ ਪੋਲ ਕੇਂਦਰ ਆ VOTING ਕੇਂਦਰ ਹੈ ਉਹ ਕੈਮਰੇ ਦੀ ਨਿਗਰਾਨੀ ਵਿੱਚ ਹੋਵੇ ਦੂਜਾ ਉੱਥੇ ਵੀਡੀਓਗ੍ਰਾਫੀ ਹੋਵੇ ਸਾਰੀ ਪ੍ਰਕਿਰਿਆ ਦੀ ਔਰ ਉੱਥੇ ਕੈਮਰੇ ਲਾਏ ਜਾਣ ਉਹ एरिया ਹੈ ਵੀ ਕਿ ਜਿੱਥੇ ਉਹ ਵੋਟ ਬੰਦਾ ਨਿਸ਼ਾਨੀ ਲਾਉਂਦਾ ਉੱਥੇ ਬਾਹਰਲੇ ਪਾਸੇ ਉਹਦੇ ਬਕਾਇਦਾ ਤੌਰ ਦੇ ਉੱਤੇ ਕੈਮਰੇ ਲੱਗਣ ਤਾਂ ਕਿ ਸਮੁੱਚੀ ਚੋਣ ਪ੍ਰਕਿਰਿਆ ਕੈਮਰਿਆਂ ਚ ਕੈਦ ਹੋਵੇ ਜਿਹੜਾ ਤੁਸੀਂ ਗੁਪਤ ਰੱਖਣਾ ਹੈ ਉਹ ਏਰੀਆ ਤੇ ਨਹੀਂ ਕੈਮਰਾ ਲੱਗ ਸਕਦਾ ਹੁੰਦਾ ਕਿਉਂਕਿ ਕਿਸੇ ਵੀ ਵੋਟਰ ਦੀ ਨਿੱਜਤਾ ਦਾ ਸਵਾਲ ਹੈ ਉਹਨੇ ਕਿਹਨੂੰ ਵੋਟ ਪਾਉਣੀ ਹੈ ਇਹਦੇ ਤੇ ਪਤਾ ਉਸ ਬਾਜਵਾ ਕਹਿੰਦੇ ਅਸੀਂ ਰਾਜ ਚੋਣ ਕਮਿਸ਼ਨ ਰਾਜਕਮਲ ਚੌਧਰੀ ਸਾਹਿਬ ਦਾ ਇਸ ਗੱਲ ਤੋਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਪਿਛਲੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੀ ਗੱਲ ਮੰਨ ਲਈ ਹੈ ਤੇ ਉੱਥੇ ਇੱਕ ਕੈਮਰੇ ਲਾਉਣ ਦਾ आदेश ਦੇ ਦਿੱਤਾ ਜੀ ਇਟਲੋ ਸਾਹਿਬ ਇਹਦੇ ਚ ਨਾ ਇੱਕ ਸਵਾਲ ਨਿਕਲ ਕੇ ਆਉਂਦਾ ਜਿਵੇਂ ਜਦੋਂ ਨਾਮਜ਼ਦਗੀਆਂ ਸ਼ੁਰੂ ਹੋਈਆਂ ਤਾਂ ਉਸ ਸਮੇਂ ਜਦੋਂ ਰੌਲਾ ਪਾਇਆ ਗਿਆ ਕਾਂਗਰਸ ਤੇ ਅਕਾਲੀ ਦਲ ਵੱਲੋਂ ਵੱਖ-ਵੱਖ ਵੇਸ਼ਿਆਂ ਨੂੰ ਲੈ ਕੇ ਤਾਂ ਕਿਹਾ ਗਿਆ ਕਿ ਇਹ ਜਾਣਬੁੱਝ ਕੇ ਪਾ ਰਹੇ ਨੇ ਕਿਉਂਕਿ ਇਹ ਹਾਰ ਰਹੇ ਨੇ ਇਹਨਾਂ ਨੂੰ ਆਪਦੀ ਹਾਰ ਦਿਖ ਰਹੀ ਹੈ ਪਰ ਜੋ ਫੈਸਲੇ ਹਾਈ ਕੋਰਟ ਨੇ ਲਏ ਤੇ ਜਿੰਨਾਂ ਚੀਜ਼ਾਂ ਤੇ ਅਮਲ ਹੁਣ ਰਾਜਕਮਲ ਚੌਧਰੀ ਹੁਣੀ ਕਰ ਰਹੇ ਨੇ ਜਿਸ ਤਰ੍ਹਾਂ ਦਾ ਉਹ ਪੂਰਾ ਕਿਉਂਕਿ ਸਖਤ ਪਰਮੰਡਾਂ ਦੇ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਕਾਂਗਰਸ ਤੇ ਅਕਾਲੀ ਦਲ ਸੱਚੀ ਸਾਬਤ ਹੋ ਰਹੀ ਹੈ ਇਹਦੇ ਵਿੱਚ ਨਹੀਂ ਤੇ ਕੋਈ ਕੁਝ ਉਹਨਾਂ ਨੂੰ ਤਜਰਬਾ ਹੈ ਇਹ ਤਾਂ ਪਹਿਲੀ ਵਾਰ ਆਏ ਨੇ ਉਹਨੇ ਤਾਂ ਕਦੋਂ ਤੋਂ ਆਏ ਕਰਦੇ ਆ ਰਹੇ ਨੇ ਤਕਰੀਬਨ 1966 ਤੋਂ ਬਾਅਦ ਭਾਵੇਂ ਅਕਾਲੀ ਦਲ ਆ ਭਾਵੇਂ ਕਾਂਗਰਸ ਆ ਇਹ ਤਾਂ 2007 ਚ ਤੋਂ ਬਾਅਦ 12 ਚ ਦੂਜੀ ਵਾਰ ਸਰਕਾਰ ਬਣੀ ਨਹੀਂ ਤਾਂ ਆਈ ਹੁੰਦੀ ਸੀ ਇੱਕ ਵਾਰ ਕਾਲੀ ਇੱਕ ਵਾਰ ਕਾਂਗਰਸੀ ਇੱਕ ਵਾਰ ਕਾਲੀ ਇੱਕ ਵਾਰ ਕਾਂਗਰਸੀ ਇਹਦਾ ਫਾਇਦਾ ਠਾਇਆ ਭਗਵੰਤ ਮਾਨ ਨੇ ਕਿ ਇਹਨਾਂ ਨੇ ਤਾਂ ਬਾਰੀਆਂ ਬਣੀਆਂ ਹੋਈਆਂ ਨੇ ਤੇ ਤੁਸੀਂ ਆ 13ਵੀਂ ਚ ਆਏ ਹੋ ਪਹਿਲੀ ਵਾਰੀ ਲੋਕਾਂ ਦੇ ਕੰਨਾਂ ਨੂੰ ਹੱਥ ਲਵਾਤੇ ਇਹ ਤਾਂ ਸਰਕਾਰ ਠੇਕੇ ਦੀ ਸਰਕਾਰ ਬਣ ਗਈ ਹੈ ਜੀ ਕੀ ਕਰ ਰਹੇ ਨੇ ਮੁੱਖ ਸਿਕੰਦਰ ਸਾਹਿਬ ਬਦਲ ਤੇ ਆ ਚੌਥੇ ਹੋ ਗਏ ਪਹਿਲਾ ਅਨੁਰਧ ਤਵਾੜੀ ਪਿਛਲੀ ਸਰਕਾਰ ਦੇ ਸੀ ਅਨਸਾਰ ਇਹਨਾਂ ਨੇ ਬੀਕੇ ਜਜੂਆ ਸਾਹਿਬ ਨੂੰ ਲਾਤਾ ਬੀਕੇ ਜੰਜੂਆ ਸਾਹਿਬ ਤੋਂ ਅਨੁਰਾਗ ਬਰਮਾ ਤੇ ਹੁਣ ਕੇਪੀਸ ਨਾ ਡੀਜੀਪੀ ਬਦਲਣ ਦੀ ਤਿਆਰੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਡੰਡਾ ਚੜ੍ਹਿਆ ਵੈ ਜੀ ਅਠ ਰਾਜਾਂ ਨੂੰ ਕਿ ਕਾਰਜਕਾਰੀ ਬਦਲੋ ਪੱਕਾ ਲਾਓ ਹੂੰ ਤੇ ਵਿੱਤ ਵਿਭਾਗਮੇ ਦੇ ਵਿੱਚ ਇੱਕ ਆਈਆਰ ਸਲੱਬ ਲਿਆਂਦਾ ਥੋ ਰਵਿੰਦ ਮੋਦੀ ਰਿਟਾਇਰ ਆਈਆਰਐਸ ਆਈਆਰਐਸ ਇਹ ਤਾਂ ਪੰਜਾਬ ਦੇ ਅਧਿਕਾਰੀਆਂ ਨੂੰ ਨਿਮੋ ਜੂਣਾ ਦਿਖਾ ਰਹੇ ਨੇ ਕਿ ਇਹਨਾਂ ਕੋਲੇ ਲਿਆਕਤ ਲੋਕ ਤਾਂ ਹੈ ਨਹੀਂ ਕੋਈ ਇਹ ਤਾਂ ਐਵੇਂ ਇਕੱਠੇ ਕੀਤੇ ਵਿਆ ਜਿਹੜੀ ਥਾਂ ਤੇ ਆਈ ਐਸਆਈਪੀਐਸ ਬੰਦਿਆ ਇਹ ਉਹਦੇ ਵਿੱਚ ਤਾਂ ਨਹੀਂ ਗਏ ਮਗਰ ਦੀ ਲੰਘ ਕੇ ਗਏ ਹੋਣਗੇ ਜੀ ਸੋ ਇੱਕ ਨਵਾਂ ਕੰਮ ਸਪੀਕਰ ਦੇ ਕੋਈ ਵੀ ਦੋਸਲਾ ਕਰ ਲਾਤੇ ਸਪੀਕਰ ਦਾ ਕੰਮ ਕਿੰਨਾ ਚਿਰ ਹੁੰਦਾ ਸਾਰੇ ਸਾਲ ਚ ਦੋ ਸੈਸ਼ਨ ਜਾਂ ਤਿੰਨ ਸੈਸ਼ਨ ਜੀ ਜਿਹੜਾ ਇਹ ਕਹਿੰਦੇ ਸੀ ਦੂਜਿਆਂ ਨੇ ਭਾਰ ਬਹੁਤ ਪਾਇਆ ਵਾ ਇਹ ਭਾਰ ਘਟਾ ਰਹੇ ਨੇ ਹੂੰ ਤੇ ਅਜੇ ਇਹ ਚਰਚਾਵਾਂ ਨੇ ਮੁੱਖ ਮੰਤਰੀ ਸਾਹਿਬ ਦੇ ਆਸ-ਪਾਸੋਂ ਕਈ ਘਟਮਾਰ ਤੇ ਅਜੇ ਅਗਲੇ ਤੌਰ ਤੇ ਹੈ ਇਹ ਵੀ ਚੱਲ ਰਿਹਾ ਹੈ ਕਿ ਮੁੱਖ ਮੰਤਰੀ ਕੋਲੋਂ ਜਿਹੜੇ ਮੇਨ ਮਹਿਕਮੇ ਨੇ ਖਾਸ ਕਰ ਗ੍ਰਹਿ ਮਹਿਕਮਾ ਖੋ ਕੇ ਕਿਸੇ ਹੋਰ ਨੂੰ ਦੇ ਕੇ ਮੰਤਰੀ ਬਰਾਇਆ ਜਾ ਸਕਦਾ ਹੈ ਜੀ ਸੋ ਇਹਦੇ ਚ ਜਿਹੜਾ ਪੁਰਾਣੇ ਨੇ ਉਹਨਾਂ ਨੂੰ ਫੇਰ ਵੀ ਤਜਰਬੇ ਹੈ ਉਹ ਸ਼ੱਕ ਵੀ ਲੈਂਦੇ ਆ ਤੇ ਡ ਘਾਰ ਵੀ ਨਹੀਂ ਮਾਰਦੇ ਇਹ ਸ਼ੱਕ ਦੇ ਵੀ ਘੱਟਾ ਮੁੱਛਾ ਜਿਆਦਾ ਲਬੜ ਲੈਂਦੇ ਨੇ ਜੀ ਤੇ ਲੋ ਸਭ ਗੱਲ ਹੁਸ਼ਿਆਰਪੁਰ ਦੀ ਕਰਾਂਗੇ ਹੁਸ਼ਿਆਰਪੁਰ ਦੇ ਵਿੱਚ ਕਹਿੰਦੇ ਇੱਕ ਪਿੰਡ ਦੇ ਵਿੱਚ ਹੰਗਾਮਾ ਹੋਇਆ ਕਿਉਂਕਿ ਪਟਵਾਰੀ ਤੇ ਗਰਦਾਵਰ ਨੇ ਜਿਹੜੇ ਉਹ ਪਹੁੰਚੇ ਸਨ ਜਿਨ੍ਹਾਂ ਨੇ ਨਾਮਜ਼ਦਗੀ ਪੇਪਰ ਭਰੇ ਨੇ ਉਹਨਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਨ ਤੇ ਪਰ ਕਹਿੰਦੇ ਉੱਥੇ ਹੋਰ ਹੀ ਸਿਸਟਮ ਹੈ ਜਿਹੜਾ ਉਹ ਚੱਲ ਪਿਆ ਜੀ ਦੇਖੋ ਇਹ ਕੌਲਪੁਰ ਦੇ ਸਰਪੰਚ ਉਮੀਦਵਾਰ ਮਲਕੀਤ ਸਿੰਘ ਨੇ ਉਹਨਾਂ ਦਾ ਸਰਕਾਰੀ ਜ਼ਮੀਨ ਤੇ ਨਾ ਤਾਂ ਕੋਈ ਕਬਜ਼ਾ ਨਾ ਕੋਈ दखਲਾ ਹੈ ਕਹਿੰਦੇ ਉੱਥੇ ਪਟਵਾਰੀ ਤੇ ਗਰਦਾਵਰ ਇਹ ਜਾਪੋਂ ਚ ਉੱਥੇ ਉਹ ਵੀ ਛੁੱਟੀ ਵਾਲੇ ਦਿਨਾਂ ਜਾਂ ਦਸਹਰੇ ਵਾਲੇ ਦਿਨ ਉਂ ਭਾਵੇਂ ਇਹ ਕੰਮ ਕਰਨ ਨਾ ਕਰਨ ਜੀ ਤੇ ਅੱਜ ਆਪਣੇ ਆਕਾਮਾਂ ਨੂੰ ਦੱਸ ਰਹੇ ਨੇ ਦੇਖੋ ਜੀ ਅਸੀਂ ਤਾਂ ਛੁੱਟੀ ਵਾਲੇ ਦਿਨ ਵੀ ਜਨਾਬ ਦਾ ਹੁਕਮ ਪੂਰਾ ਕਰ ਰਹੇ ਹਾਂ ਉਹ ਕਹਿੰਦੇ ਕਿ ਜਦੋਂ ਪਿੰਡ ਇਕੱਠਾ ਹੋ ਗਿਆ ਘਰ ਦੀ ਨਿਸ਼ਾਨਦੇਹੀ ਕਰਨ ਲਈ ਪਹੁੰਚਿਆ ਮਲਕੀਤ ਸਿੰਘ ਦਾ ਕਹਿਣਾ ਕਿ ਸਾਰਾ ਪਿੰਡ ਮੇਰੇ ਨਾਲ ਸਹਿਮਤਾ ਤੇ ਆਖੜਿਆ ਤੇ ਜਦੋਂ ਦੇਖਿਆ ਉਹਨਾਂ ਨੂੰ ਇਹ ਤਾਂ ਬਾਜੀ ਪੁੱਠੀ ਪੈ ਗਈ ਹੂੰ ਤੇ ਹੌਲੀ ਹੌਲੀ ਖਿਸਕ ਗਏ ਹੁਣ ਇਹ ਸਵਾਲ ਉੱਠ ਰਹੇ ਨੇ ਕਿ ਇਹ ਦਸਹਰੇ ਵਾਲੇ ਦਿਨ ਜੇ ਨਿਸ਼ਾਨਦੇਹੀ ਕਰਨੀ ਸੀ ਤੱਕਾ ਦੇ ਵਾਸਤੇ ਉੱਥੇ ਗਏ ਇਹ ਵੀਡੀਓ ਦਾ ਉਤਰ ਮਕੇਰੀਆਂ ਤੋਂ ਪਟਵਾਰੀ ਤੇ ਗਰਦਾਵਰ ਜਿਹੜੇ ਸੀ ਉਹ ਗਏ ਆ ਉੱਥੇ ਪਰ ਜਦੋਂ ਪਿੰਡ ਵਾਲਿਆਂ ਦਾ ਦੇਖਿਆ ਕਿ ਜੇ ਇੱਥੇ ਉਹਨੂੰ ਹੋਰ ਨਾ ਹੋਰ ਖੜੇ ਰਹੇ ਤਾਂ ਇਹ ਨਹੀਂ ਪਤਾ ਕਿ ਪਿੰਡ ਵਾਲੇ ਫਿਰ ਆਪਣੀ ਜੋ ਪੜਤ ਪੜਾਉਂਦੇ ਹੁੰਦੇ ਆ ਨਾ ਗੱਦੜਕੁੱਟ ਦੀ ਜੀ ਉਦੋਂ ਫਿਰ ਦੇਖਿਆ ਨਹੀਂ ਜਾਂਦਾ ਕਿ ਹੋ ਕੀ ਰਹੇਗਾ ਜੀ ਟੈਲੋ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਕੀਮਤੀ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਸੋ ਮੇਰੇ ਨਾਲ ਸਨ ਜਸਪਾਲ ਸਿੰਘ ਟੱਲੋ ਜਿਨ੍ਹਾਂ ਨੇ ਆਪਣੇ ਤਜਰਬੇ ਦੇ ਵਿੱਚੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਤਾਂ ਨਾਲ ਹੀ ਅੱਜ ਦੀਆਂ ਕੁਝ ਅਹਿਮ ਸੁਰਖੀਆਂ ਦੇ ਉੱਪਰ ਨਜ਼ਰ ਮਾਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਹੈ ਕਿ ਪੂਰੇ ਦਿਨ ਦੇ ਵਿੱਚ ਕੀ ਕੁਝ ਹੈ ਜਿਹੜਾ ਉਹ ਚੱਲ ਰਿਹਾ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਮੈ ਜਿਹੜਾ ਤੁਹਾਨੂੰ ਪਸੰਦ ਆਇਆ ਹੋਵੇਗਾ ਆਪਣੀ ਜਿਹੜੀ رائے ਹੈ ਉਹ ਜ਼ਰੂਰ ਸਾਂਝੀ ਕਰੋ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ